ਵਲੌਗਰਸ ਆਪਣੀ ਜ਼ਿੰਦਗੀ ਕਿਵੇਂ ਤਬਾਹ ਕਰ ਸਕਦੇ ਆ ਜੇਕਰ ਇਹਦੇ ਬਾਰੇ ਗੱਲ ਕਰੀਏ ਨਾ ਤਾਂ ਕਿਸੇ ਵੀ ਵਲੌਗਰ ਨੂੰ ਇਮੇਜਿਨ ਕਰੋ ਕੋਈ ਵੀ ਵੱਡੇ ਲੈਵਲ ਦਾ ਵਲੌਗਰ ਬਣਨ ਦੇ ਲਈ ਕੁਝ ਕੁ ਫੇਜਸ ਹੁੰਦੇ ਆ ਕੁਝ ਕੁ ਸਟੇਜਾਂ ਹੁੰਦੀਆਂ ਨੇ ਜਿਵੇਂ ਕਿ ਪਹਿਲੀ ਸਟੇਜ ਦੇ ਵਿੱਚ ਇਹ ਜਿੰਨੇ ਵੀ ਸਾਰੇ ਵਲੌਗਰ ਆ ਇਹ ਆਪਣੇ ਨਾਲ ਆਪਦੇ ਲਾਈਫ ਐਕਸਪੀਰੀਅੰਸ ਸ਼ੇਅਰ ਕਰਦੇ ਆ ਜਿਵੇਂ ਕਿ ਆਪਾਂ ਨੂੰ ਦੱਸਦੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਕਿਵੇਂ ਗਏ ਜਾਂ ਆਪਾਂ ਨੂੰ ਦੱਸਦੇ ਆ ਕਿ ਬਾਹਰਲਾ ਮੁਲਕ ਛੱਡ ਕੇ ਇੰਡੀਆ ਵਾਪਸ ਕਿਉਂ ਆਏ ਤੇ ਜਾਂ ਆਪਾਂ ਨੂੰ ਇਹ ਨਾਲ ਦੀ ਨਾਲ ਦੱਸਦੇ ਆ ਕਿ ਇਹਨਾਂ ਦਾ ਲਾਈਫ ਸਟਾਈਲ ਕਿਦਾਂ ਦਾ ਤੇ ਜਦੋਂ ਆਪਾਂ ਇਹਨਾਂ ਦੇ ਵਲੌਗਸ ਨੂੰ ਦੇਖਣ ਲੱਗ ਜਾਂਦੇ ਆ ਤਾਂ ਇਹ ਸ਼ਿਫਟ ਕਰ ਜਾਂਦੇ ਆ ਸਟੇਜ 2 ਤੇ ਸਟੇਜ 2 ਦੇ ਵਿੱਚ ਜਾ ਕੇ ਇਹ ਇੰਟਰੋਡਿਊਸ ਕਰਦੇ ਆ ਨਵੇਂ ਕ ਤੇ ਇਹ ਜਿਹੜੇ ਕਰੈਕਟਰ ਹੁੰਦੇ ਆ ਨਾ ਇਹ ਕੋਈ ਵੀ ਇਹਨਾਂ ਦਾ ਫੈਮਿਲੀ ਮੈਂਬਰ ਹੋ ਸਕਦਾ ਇਹ ਕੋਈ ਵੀ ਇਹਨਾਂ ਦਾ ਦੋਸਤ ਹੋ ਸਕਦਾ ਜਾਂ ਇਹਨਾਂ ਦੇ ਬੱਚੇ ਹੋ ਸਕਦੇ ਆ ਸੋ ਇਸ ਤਰੀਕੇ ਦੇ ਨਾਲ ਜਦੋਂ ਇਹ ਇੰਟਰਡਿਊਸ ਕਰ ਦਿੰਦੇ ਆ ਆਪਾਂ ਨੂੰ ਆਪਦੇ ਵਲੌਗਸ ਦੇ ਵਿੱਚ ਉਹਨਾਂ ਕਰੈਕਟਰਸ ਦੇ ਨਾਲ ਤਾਂ ਫਿਰ ਇਹ ਐਨਲਾਈਜ਼ ਕਰਦੇ ਆ ਕਿ ਕਿਹੜਾ ਕਰੈਕਟਰ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਜਿਹੜਾ ਵੀ ਕਰੈਕਟਰ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦਾ ਨਾ ਫਿਰ ਇਹਨਾਂ ਦੇ ਜਿਹੜੇ ਸਾਰੇ ਵਲੌਗ ਆ ਉਹ ਉਸੇ ਹੀ ਕਰੈਕਟਰ ਦੇ ird gird ਬਣ ਲੱਗ ਜਾਂਦੇ ਤੇ ਸਟੇਜ 2 ਕੰਪਲੀਟ ਹੋਣ ਤੋਂ ਬਾਅਦ ਇਹ ਸ਼ਿਫਟ ਕਰ ਜਾਂਦੇ ਆ ਸਟੇਜ 3 ਤੇ ਜਿਹਦੇ ਵਿੱਚ ਇਹ ਨਵੇਂ-ਨਵੇਂ ਐਕਸਪੈਰੀਮੈਂਟ ਕਰਦੇ ਆ ਤਾਂ ਕਿ ਇਹਨਾਂ ਕੋਲ ਜਿਆਦੇ ਤੋਂ ਜਿਆਦੇ ਸਬਸਕ੍ਰਾਈਬਰ ਆ ਸਕਣਾਂ ਤੇ ਜੇਕਰ ਆਪਾਂ ਉਹ ਐਕਸਪੈਰੀਮੈਂਟ ਨੂੰ ਫੜ ਲਿਆ ਤਾਂ ਇਹ ਕਹਿ ਦਿੰਦਾ ਕਿ ਇਹ ਇੱਕ ਪ੍ਰੈਂਕ ਸੀ ਤੇ ਜੇਕਰ ਆਪਾਂ ਨੂੰ ਉਹ ਐਕਸਪੈਰੀਮੈਂਟ ਦੇ ਬਾਰੇ ਨਹੀਂ ਪਤਾ ਲੱਗਦਾ ਤਾਂ ਉਹ ਝੂਠ ਨੂੰ ਹੀ ਆਪਣੇ ਸਾਹਮਣੇ ਸੱਚ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਤੇ ਜਦੋਂ ਸਟੇਜ 3 ਕੰਪਲੀਟ ਹੋ ਜਾਂਦੀ ਹੈ ਨਾ ਤਾਂ ਅਸਲੀ ਗੇਮ ਇਸ ਤੋਂ ਬਾਅਦ ਚ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਇਹ ਲੋਕਾਂ ਦੇ ਇਮੋਸ਼ਨ ਦੇ ਨਾਲ ਕਿਵੇਂ ਖੇਡਦਾ ਜੇਕਰ ਇਹਦੇ ਬਾਰੇ ਗੱਲ ਕਰੀਏ ਨਾ ਤਾਂ ਜਦੋਂ ਇਹਨਾਂ ਕੋਲ ਇਨਫ ਵਾਚ ਟਾਈਮ ਹੋ ਜਾਂਦਾ ਵਾਧੂ ਸਬਸਕ੍ਰਾਈਬਰ ਹੋ ਜਾਂਦੇ ਆ ਤੇ ਵਾਧੂ ਇਹਨਾਂ ਦੇ ਵਿਊਜ਼ ਆਉਣ ਲੱਗ ਜਾਂਦੇ ਆ ਤਾਂ ਇਹ ਸ਼ਿਫਟ ਕਰਦੇ ਆ ਜਦੋਂ ਸਟੇਜ 4 ਦੇ ਵਿੱਚ ਤਾਂ ਉੱਥੇ ਜਾ ਕੇ ਇਹ ਜਿਆਦੇ ਤੋਂ ਜਿਆਦੇ ਆਪਦੀ ਪ੍ਰਾਈਵੇਸੀ ਨੂੰ ਐਕਸਪੋਜ਼ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਹਰ ਇੱਕ ਵਲੌਗਰ ਨੂੰ ਚੰਗੀ ਤਰ੍ਹਾਂ ਪਤਾ ਕਿ ਉਹ ਜਿੰਨੀ ਜਿਆਦਾ ਆਪਦੀ ਪ੍ਰਾਈਵੇਸੀ ਐਕਸਪੋਜ਼ ਕਰੇਗਾ ਓਨੇ ਹੀ ਜ਼ਿਆਦਾ ਉਹਨੂੰ ਵਿਊ ਆਣਗੇ ਓਨਾ ਹੀ ਜਿਆਦਾ ਉਹਦਾ ਵਾਚ ਟਾਈਮ ਆਊਗਾ ਤੇ ਓਨੇ ਹੀ ਜ਼ਿਆਦਾ ਉਹਨੂੰ ਪੈਸੇ ਆਣਗੇ ਤਾਂ ਕਰਕੇ ਇਹ ਹਰ ਇੱਕ ਵਲੌਗਰ ਆਪਦੀ ਪ੍ਰਾਈਵੇਸੀ ਨੂੰ ਜ਼ਿਆਦਾ ਐਕਸਪੋਜ਼ ਕਰਨ ਲੱਗ ਜਾਂਦੇ ਆ। ਇਹਦੇ ਨਾਲ ਜਿਹੜੇ ਈ ਵਿਊਅਰਸ ਹੁੰਦੇ ਆ ਨਾ ਜਿੰਨੇ ਵੀ ਲੋਕ ਇਹਨਾਂ ਨੂੰ ਦੇਖਣ ਵਾਲੇ ਹੁੰਦੇ ਆ ਉਹ ਇਹਨਾਂ ਸਾਰੇ ਵਲੌਗਰਸ ਦੇ ਨਾਲ ਇਮੋਸ਼ਨਲੀ ਅਟੈਚ ਹੋ ਜਾਂਦੇ ਆ ਕਿਉਂਕਿ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਉਹ ਇਹਨਾਂ ਦੀ ਲਾਈਫ ਦੇ ਬਾਰੇ ਇਹਨਾਂ ਦੇ ਜਿੰਨਾ ਹੀ ਜਾਣਦੇ ਆ ਤਾਂ ਕਰਕੇ ਹਰ ਇੱਕ ਵਿਊਅਰ ਆ ਜਿਹੜਾ ਉਹ ਇਹਨਾਂ ਦੇ ਨਾਲ ਇਮੋਸ਼ਨਲੀ ਅਟੈਚ ਹੋ ਜਾਂਦਾ ਤੇ ਉਸੇ ਹੀ ਇਮੋਸ਼ਨ ਦਾ ਇਹ ਫਾਇਦਾ ਲੈਂਦੇ ਆ ਉਸੇ ਤੋਂ ਹੀ ਇਹ ਫੇਮ ਕਮਾਉਂਦੇ ਆ ਉਸੇ ਤੋਂ ਹੀ ਇਹ ਪੈਸਾ ਕਮਾਉਂਦੇ ਆ ਤੇ ਉਦੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਨਾ ਕਿ ਲੋਕਾਂ ਤੇ ਕੀ ਅਸਰ ਪੈਂਦਾ ਵਲੌਗਸ ਦੇਖਣ ਦਾ ਤਾਂ ਦੇਖਦੇ ਆ ਕਿ ਇਹ ਸਿਰਫ ਐਂਟਰਟੇਨਮੈਂਟ ਦੇ ਲਈ ਦੇਖ ਰਹੇ ਆ ਪਰ ਜੇਕਰ ਇਹ ਗੇਮ ਐਂਟਰਟੇਨਮੈਂਟ ਦੀ ਹੁੰਦੀ ਤਾਂ ਕੋਈ ਵੱਡੀ ਗੱਲ ਨਹੀਂ ਸੀ ਪਰ ਅਸਲ ਦੇ ਵਿੱਚ ਇਹ ਗੇਮ ਦੇਖਣ ਦੇ ਵਿੱਚ ਹੋਰ ਆ ਪਰ ਅਸਲੀਅਤ ਦੇ ਵਿੱਚ ਇਹ ਹੋਰ ਆ ਕਿਉਂਕਿ ਇਹ ਜਿਹੜੇ ਵਲੌਗਰ ਆ ਨਾ ਇਹ ਤੇ ਜਿਹੜੇ ਇਹਨਾਂ ਦੇ ਵਿਊਅਰ ਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਪੈਰਾਸੋਸ਼ੀਅਲ ਰਿਲੇਸ਼ਨਸ਼ਿਪ ਹੁੰਦਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਇਹਨਾਂ ਦੇ ਨਾਲ ਕੀ ਰਿਲੇਸ਼ਨ ਆ ਹਰ ਇੱਕ ਵੀਅਰ ਇਹਨਾਂ ਨੂੰ ਆਪਦਾ ਇੱਕ ਫੈਮਿਲੀ ਮੈਂਬਰ ਸਮਝਦਾ ਪਰ ਹਰ ਇੱਕ ਵਲੌਗਰ ਦੇ ਲਈ ਇਹ ਜਿਹੜੇ ਵੀਅਰ ਹੁੰਦੇ ਆ ਇਹ ਉਹਨਾਂ ਦੀ ਲੱਖਾਂ ਦੀ ਜਾਂ ਮਿਲੀਆਂ ਦੀ ਆਡੀਅנס ਦੇ ਵਿੱਚੋਂ ਸਿਰਫ ਇੱਕ ਫੈਨ ਹੁੰਦੇ ਆ ਇਹਦੇ ਤੋਂ ਜ਼ਿਆਦਾ ਕੁਝ ਨਹੀਂ ਹੁੰਦੇ ਪਰ ਲੋਕਾਂ ਦੇ ਲਈ ਇਹ ਜਿਹੜੇ ਵਲੌਗਰ ਆ ਇਹ ਉਹਨਾਂ ਦੇ ਇੱਕ ਫੈਮਿਲੀ ਮੈਂਬਰ ਹੁੰਦੇ ਆ ਉਹ ਜਿਹੜੇ ਵੀਅਰ ਆ ਨਾ ਉਹ ਉਹਨਾਂ ਦੀ ਖੁਸ਼ੀ ਦੇ ਵਿੱਚ ਵੀ ਖੁਸ਼ ਹੁੰਦੇ ਆ ਤੇ ਜੇਕਰ ਕਿਸੇ ਵਲੌਗਰ ਦੇ ਘਰੇ ਕੋਈ ਦੁੱਖ ਆ ਤਾਂ ਇਹ ਸਾਰੇ ਵੀਅਰ ਉਸ ਦੁੱਖ ਦੇ ਵਿੱਚ ਵੀ ਸ਼ਰੀਕ ਹੁੰਦੇ ਆ ਪਰ ਵਲੌਗਰ ਦੇ ਲਈ ਵੀਅਰ ਸਿਰਫ ਇੱਕ ਫੈਨ ਨਾ ਇਹਦੇ ਤੋਂ ਜ਼ਿਆਦਾ ਕੁਝ ਵੀ ਨਹੀਂ ਤੇ ਉਦੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਨਾ ਇਹ ਜਿਹੜੇ ਵਲੌਗਸ ਹੁੰਦੇ ਆ ਨਾ ਇਹ ਰੀਅਲ ਨਹੀਂ ਹੁੰਦੇ ਇਹ ਸਿਰਫ ਸਕ੍ਰਿਪਟਡ ਹੁੰਦੇ ਆ ਕਈ ਵਾਰੀ ਇਹ ਜਿਹੜੇ ਵਲੌਗਰ ਹੈ ショपिंग ਸਿਰਫ ਤਾਂ ਕਰਦੇ ਆ ਤਾਂ ਕਿ ਇਹ ਇੱਕ ਵਲੌਗ ਬਣਾ ਸਕਣ ਨਾ ਇਹ ਘੁੰਮਣ ਫਿਰਨ ਤਾਂ ਜਾਂਦੇ ਆ ਤਾਂ ਕਿ ਇਹ ਇੱਕ ਵਲੌਗ ਬਣਾ ਸਕਣ ਪਰ ਆਪਾਂ ਨੂੰ ਲੱਗਦਾ ਕਿ ਇਹਨਾਂ ਦੀ ਤਾਂ ਲਾਈਫ ਇੰਨੀ ਇੰਟਰਸਟਿੰਗ ਆ ਆਪਣੀ ਲਾਈਫ ਤਾਂ ਬੋਰਿੰਗ ਆ ਤਾਂ ਆਪਾਂ ਆਪ ਹੀ ਆਪਦੀ ਲਾਈਫ ਨੂੰ ਬੋਰਿੰਗ ਸਮਝ ਕੇ ਜਾਂ ਤਾਂ ਆਪਣੀ ਫੈਮਿਲੀ ਦੇ ਨਾਲ ਲੜ ਪੈਂਦੇ ਆ ਤੇ ਜਾਂ ਆਪਾਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਕਿ ਸਾਡੀ ਲਾਈਫ ਦੇ ਵਿੱਚ ਤਾਂ ਕੁਝ ਵੀ ਚੰਗਾ ਨਹੀਂ ਹੋ ਰਿਹਾ ਪਰ ਅਸਲ ਦੇ ਵਿੱਚ ਵਲੌਗਸ ਹੁੰਦੇ ਆ ਨਾ ਇਹ 24 ਘੰਟਿਆਂ ਦੇ ਦਿਨ ਦੇ ਵਿੱਚੋਂ 2-3 ਘੰਟਿਆਂ ਦੀ ਰਿਕਾਰਡਿੰਗ ਕਰਦੇ ਆ ਤੇ ਉਸ ਤੋਂ ਬਾਅਦ ਵੀ ਉਹਦੇ ਵਿੱਚੋਂ 10 ਮਿੰਟਾਂ ਦੇ ਕੁਝ ਕਲਿੱਪ ਕੱਢਦੇ ਆ ਜਿਹੜੇ ਕਿ ਬਹੁਤ ਇੰਟਰਸਟਿੰਗ ਹੁੰਦੇ ਆ ਤੇ ਉਹ ਕਲਿੱਪ ਆ ਆਪਣੇ ਸਾਹਮਣੇ ਪੇਸ਼ ਕੀਤੇ ਜਾਂਦੇ ਆ ਤਾਂ ਕਿ ਆਪਾਂ ਨੂੰ ਉਹ ਜਿਹੜਾ ਉਹਨਾਂ ਦਾ ਵਲੌਗ ਆ ਉਹ ਬਹੁਤ ਇੰਟਰਸਟਿੰਗ ਲੱਗੇ ਤੇ ਆਪਾਂ ਨੂੰ ਲੱਗਦਾ ਕਿ ਇਹ ਸਾਰਾ ਦਿਨ ਹੀ ਕੁਝ ਇੰਨੇ ਇੰਟਰਸਟਿੰਗ ਗੱਲਾਂ ਕਰਦੇ ਆ ਪਰ ਅਸਲੀਅਤ ਇਸ ਤਰੀਕੇ ਦੀ ਬਿਲਕੁਲ ਵੀ ਨਹੀਂ ਹਰ ਇੱਕ ਘਰ ਦੇ ਵਿੱਚ ਲੜਾਈ ਹੁੰਦੀ ਆ ਕਿਸੇ ਵੀ ਵਲੌਗ ਦੇ ਵਿੱਚ ਲੜਾਈ ਨਹੀਂ ਦਿਖਾਈ ਜਾਂਦੀ ਸਿਰਫ ਲੜਾਈ ਉਦੋਂ ਦਿਖਾਈ ਜਾਂਦੀ ਹੈ ਜਦੋਂ ਉਹ ਐਕਸਪੈ لوکاں نو ਇਹ ਇੰਨਾ ਜਿਆਦਾ ਬੇਕੁਫ ਬਣਾ ਦਿੰਦੇ ਆ ਆਪਦੇ ਵਲੌਗ ਦਿਖਾ ਦਿਖਾ ਕੇ ਕਿ ਲੋਕਾਂ ਨੂੰ ਲੱਗਾਂ ਲੱਗ ਜਾਂਦਾ ਕਿ ਉਹਨਾਂ ਦੀ ਲਾਈਫ ਇਨ੍ਹਾਂ ਦੇ ਵਰਗੀ ਕਿਉਂ ਨਹੀਂ ਸੋ ਇਹ ਮੇਨ ਵੱਡਾ ਫੈਕਟ ਆ ਜਿਹੜਾ ਵਲੌਗਸ ਦਾ ਲੋਕਾਂ ਦੀ ਲਾਈਫ ਤੇ ਪੈਂਦਾ ਜੇਕਰ ਆਪਾਂ ਐਂਡ ਰਿਜ਼ਲਟ ਦੀ ਗੱਲ ਕਰੀਏ ਕਿ ਐਂਡ ਰਿਜ਼ਲਟ ਕੀ ਨਿਕਲਦਾ ਕਿ ਆਪਾਂ ਨੂੰ ਵਲੌਗ ਦੇਖਣੇ ਚਾਹੀਦੇ ਆ ਜਾਂ ਨਹੀਂ ਤਾਂ ਮੈਂ ਕਹੂੰਗਾ ਕਿ ਨਾ ਜੇਕਰ ਤੁਸੀਂ ਐਂਟਰਟੇਨਮੈਂਟ ਦੇ ਲਈ ਦੇਖ ਰਹੇ ਆ ਸਿਰਫ ਐਂਟਰਟੇਨਮੈਂਟ ਦੇ ਲਈ ਕਹਿਣ ਦੇ ਲਈ ਨਹੀਂ ਅਸਲੀ ਦੇ ਵਿੱਚ ਤੁਸੀਂ ਸਿਰਫ ਐਂਟਰਟੇਨਮੈਂਟ ਦੇ ਲਈ ਦੇਖ ਰਹੇ ਆ ਤਾਂ ਜੀ ਸਰ ਕੇ ਦੇਖੋ ਪਰ ਕਦੇ ਵੀ ਕਿਸੇ ਵੀ ਵਲੌਗਰ ਦਾ ਜਾਂ ਕਿਸੇ ਵੀ ਸਿੰਗਰ ਦੇ ਜਾਂ ਕਿਸੇ ਵੀ ਪਾਰਟੀ ਦੇ ਅੰਧਪਗਤ ਨਾ ਬਣੋ ਜਦੋਂ ਵੀ ਕੋਈ ਵੀ ਅੰਧਪਗਤੀ ਹੁੰਦੀ ਹੈ ਨਾ ਉਦੋਂ ਫਿਰ ਆਪਣੇ इमोਸ਼ਨ ਦਾ ਫਾਇਦਾ ਚੱਕਦੇ ਆ ਤੇ ਆਪ ਪੈਸਾ ਖਵਾਉਂਦੇ ਆ ਫੇਮ ਖਵਾਉਂਦੇ ਆ ਤੇ ਆਪਾਂ ਨੂੰ इमोਸ਼ਨਲੀ ਤੋੜ ਦਿੰਦੇ ਆ ਸੋ ਕੋਸ਼ਿਸ਼ ਇਹ ਕਰੋ ਜਿੰਨੂ ਮਰਜ਼ੀ ਦੇਖੋ ਪਰ ਉਹਦੇ ਅੰਧ ਭਗਤ ਨਾ ਬਣੋ। ਸੋ ਉਮੀਦ ਕਰਦਾ ਹਾਂ ਇਹ ਵੀਡੀਓ ਵਧੀਆ ਲੱਗੀ ਹੋ ਤੇ ਆ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਮਸਾਦ ਦੇ ਖਤਰਨਾਕ ਆਪਰੇਸ਼ਨ ਦੇ ਬਾਰੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।